ਨਾਕੇ ਤੇ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਆ ਰਹੀਆਂ ਹਨ ਕਾਫੀ ਮੁਸ਼ਕਲਾਂ। 4 ਦਿਨਾਂ ਤੋਂ ਨਹੀਂ ਧੋਤੀ ਵਰਦੀ, ਆਪਣੇ ਆਪ ਤੋਂ ਆ ਰਹੀ ਹੈ ਬਦਬੋ, ਖਾਣੇ ਲਈ ਨਹੀਂ ਕੋਈ ਖਾਸ ਬੰਦੋਬਸਤ। ਜੀ ਦੋਸਤੋ, GRP ਪਟਿਆਲਾ ਤੋਂ ਪਹੁੰਚੇ ਨੇ ਇਹ ਮੁਲਾਜ਼ਮ ਜੋ ਬਠਿੰਡਾ ਵਿਖੇ ਦੇ ਰਹੇ ਨੇ ਡਿਊਟੀ। ਉਹਨਾਂ ਕਿਹਾ ਕਿ ਸਾਨੂੰ 50-60 ਕਿਲੋਮੀਟਰ ਦੇ ਏਰੀਏ ਦੇ ਵਿੱਚ ਕਿਤੇ ਡਿਊਟੀ 'ਤੇ ਲਗਾਇਆ ਜਾਣਾ ਚਾਹੀਦਾ ਸੀ ਤਾਂ ਜੋ ਅਸੀਂ ਆਪਣੀ ਵਰਦੀ ਧੋ ਕੇ ਪ੍ਰੈੱਸ ਕਰਕੇ ਪਾ ਸਕਦੇ ਅਤੇ ਜਨਤਾ ਵਿੱਚ ਸਾਡਾ ਚੰਗਾ ਪ੍ਰਭਾਵ ਪੈਂਦਾ। ਉਹਨਾਂ ਕਿਹਾ ਕਿ ਕੁਝ ਸੰਸਥਾਵਾਂ ਸਾਨੂੰ ਦੁਪਹਿਰ ਦਾ ਖਾਣਾ ਤਾਂ ਦੇ ਜਾਂਦੀਆਂ ਹਨ ਪਰ ਸ਼ਾਮ ਦਾ ਕੋਈ ਖਾਸ ਪ੍ਰਬੰਧ ਨਹੀਂ ਹੁੰਦਾ। ਸਾਡੇ ਵਿੱਚ ਕੁਝ ਮੁਲਾਜ਼ਮ ਦਵਾਈ ਖਾਂਦੇ ਹਨ ਅਤੇ ਦਵਾਈ ਰੋਟੀ ਤੋਂ ਬਾਅਦ ਹੀ ਖਾਣੀ ਹੁੰਦੀ ਹੈ, ਇਸ ਲਈ ਸਾਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਸਾਡੀ ਡਿਊਟੀ 50-60 ਕਿਲੋਮੀਟਰ ਦੇ ਏਰੀਏ ਵਿੱਚ ਲਗਾਈ ਜਾਵੇ। ਮੇਰਾ ਸਰ ਦਵਿੰਦਰ ਸਿੰਘ ASI ਹੈ ਜੀ GRP। ਡਿਊਟੀ ਦੇ ਦੌਰਾਨ ਸਾਰਾ ਸਮੱਸਿਆ ਇਹ, ਇੱਕ ਤਾਂ ਅਸੀਂ ਬਹੁਤ ਦੂਰੋਂ ਦੂਰੋਂ ਆਏ ਹੋਏ ਹਾਂ ਔਰ ਸਾਨੂੰ ਦੇਖੋ ਹੁਣ 8 ਤੋਂ 8 ਤੱਕ ਸਾਡਾ ਨਾਕਾ ਹੈਗਾ ਔਰ ਅਸੀਂ ਸਵੇਰ ਦਾ ਕੁਛ ਨਹੀਂ ਖਾਧਾ ਜੀ। ਠੀਕ ਹੈ, ਸਾਨੂੰ ਸਮਾਜ ਸੇਵਕ ਜਿਹੜੇ ਹੈਗੇ ਆ ਉਹ ਚਾਹ ਜਾਂ ਬਿਸਕੁਟ ਵਗੈਰਾ ਜੋ ਦਿੰਦੇ ਆ ਪਰ ਰੋਟੀ ਸਾਨੂੰ ਜਿਹੜੀ ਆ ਉਹ 1:30 ਵਜੇ ਤੱਕ ਹੀ ਮਿਲਦੀ ਹੈ ਅਤੇ ਉਹਦੇ ਦੌਰਾਨ ਸਾਨੂੰ, ਮੈਂ ਹੁਣ ਜਿਵੇਂ ਦਵਾਈ ਲੈਂਦਾ, ਮੈਨੂੰ ਮਾਈਗ੍ਰੇਨ ਦੀ ਪ੍ਰੋਬਲਮ ਹੈ ਤਾਂ ਦਵਾਈ ਲੈਣ 'ਚ ਬਹੁਤ ਦਿੱਕਤ ਆ ਰਹੀ ਹੈ ਕਿਉਂਕਿ ਦਵਾਈ ਸਟਰੋਂਗ ਹੈ ਉਹ ਕੁਛ ਖਾ ਪੀ ਕੇ 2 ਫੁਲਕੇ ਫਿਰ ਹੀ ਲਵਾਂ ਤਾਂ ਮੈਂ ਠੀਕ ਰਹਿਣੀ, ਚੱਕਰ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਸ਼ਡਿਊਲ ਇਸ ਤਰ੍ਹਾਂ ਹੀ ਆ ਜੀ, ਬਸ 1:30 ਵਜੇ ਰੋਟੀ ਖਾ ਲਈ ਫਿਰ ਰਾਤ ਨੂੰ ਮਿਲਦੀ ਹੈ ਜੀ ਅਤੇ ਬਾਕੀ ਜਿਵੇਂ ਅਸੀਂ ਹੁਣ ਯੂਨੀਫਾਰਮ ਵਗੈਰਾ ਹੈਗੀ ਆ ਉਹ 4-5 ਦਿਨ ਹੋ ਗਏ ਪਾਈ ਨੂੰ ਤਾਂ ਇਹਦੀ ਦਿੱਕਤ ਸਾਨੂੰ ਇਹ ਆ ਰਹੀ ਹੈ, ਸਾਨੂੰ ਆਪਣੇ ਪਸੀਨੇ ਦੀ ਬਦਬੋ ਜੀ ਮਾਰ ਰਹੀ ਹੈ, ਜੋ ਇਹ ਧੋਨੇ ਆ ਤਾਂ ਸਾਡੇ ਕੋਲ ਕੋਈ ਸਹੂਲਤ ਨਹੀਂ ਹੈ ਪ੍ਰੈੱਸ ਪ੍ਰੁੱਸ ਕਰਨ ਦੀ, ਕਰਫਿਊ ਕਰਕੇ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਹੀ ਆ, ਦੁਕਾਨਾਂ ਵਗੈਰਾ ਸਭ ਬੰਦ ਨੇ ਅਤੇ ਸਾਨੂੰ ਦਿੱਕਤ ਹੈ ਯੂਨੀਫਾਰਮ ਦੇ ਉੱਤੇ। ਯੂਨੀਫਾਰਮ ਸਾਡੀ ਵਧੀਆ ਹੋਊ ਤਾਂ ਸਾਨੂੰ ਆਪਣੇ ਆਪ ਨੂੰ ਵਧੀਆ ਲੱਗੂ, ਪ੍ਰੋਬਲਮ ਨਹੀਂ ਵਧੀਆ ਲੱਗੂਗੀ। ਬਸ ਵੱਡੇ ਅਧਿਕਾਰੀਆਂ ਤੋਂ ਇਹੀ ਸਾਡੀ ਬੇਨਤੀ ਹੈ, ਵੈਸੇ ਤਾਂ ਸਾਨੂੰ ਠੀਕ ਦੇਖ ਰਹੇ ਨੇ ਉਹ, ਸਾਡੀ ਰਿਕੁਐਸਟ ਇਹੀ ਸੀ ਵੀ ਸਾਨੂੰ ਜੇ ਨੇੜੇ ਲਾਇਆ ਜਾਂਦਾ ਤਾਂ ਸਰਾਂ ਸਾਹਿਬ ਦਾ ਬਹੁਤ ਥੈਂਕਸ ਸੀਗਾ ਸਾਡੇ ਅਫਸਰ ਵਾਲਾਂ ਦਾ। ਵੈਸੇ ਸਾਡਾ ਧਿਆਨ ਰੱਖ ਰਹੇ ਨੇ ਐਸੀ ਗੱਲ ਨਹੀਂ ਅਫਸਰ ਸਾਡੇ, ਪਰ ਥੋੜ੍ਹੀ ਮੋਟੀ ਜੇ ਕਮੀ ਹੈਗੀ ਆ ਤਾਂ ਬਸ ਇਹੀ ਆ ਵੀ ਸਾਨੂੰ ਜੇ ਸਾਡੇ ਬਿਲਕੁਲ ਥੋੜ੍ਹਾ ਨੇੜੇ ਲਾਇਆ ਜਾਂਦਾ 50-60 ਕਿਲੋਮੀਟਰ ਦੇ ਵਿੱਚ ਤਾਂ ਜ਼ਿਆਦਾ ਬੈਟਰ ਸੀ। ਮੇਰਾ ਨਾਮ ਜਗਜੀਤ ਕੁਮਾਰ ASI ਹੈ ਜੀ। ਅਸੀਂ ਸਰ ਪਟਿਆਲੇ GRP ਤੋਂ ਆਏ ਨੇ ਜੀ ਡਿਊਟੀ ਵਾਸਤੇ ਜੀ ਇੱਥੇ। ਸਾਨੂੰ ਸਰ ਕਰਫਿਊ ਦੌਰਾਨ ਇੱਕ ਤਾਂ ਸਾਨੂੰ ਆਉਣ ਜਾਣ ਦੀ ਥੋੜ੍ਹੀ ਜਿਹੀ ਪ੍ਰੋਬਲਮ ਹੈ ਡਿਊਟੀ ਕਰਨ ਤੋਂ ਬਾਅਦ, ਕਿਉਂਕਿ ਅਸੀਂ 12-12 ਘੰਟੇ ਡਿਊਟੀ ਕਰ ਰਹੇ ਹਾਂ। ਡਿਊਟੀ ਕਰਨ ਤੋਂ ਬਾਅਦ ਸਾਨੂੰ, ਅਸੀਂ ਆਪਣੇ ਘਰ ਨਹੀਂ ਜਾ ਸਕਦੇ ਕਿਉਂਕਿ ਸਾਡਾ ਇੱਥੋਂ ਘੱਟੋ ਘੱਟ ਵੀ 150-200 ਕਿਲੋਮੀਟਰ ਪੈਂਦਾ ਹੈ ਜੀ। ਇਸ ਕਰਕੇ ਇੱਥੇ SSP ਸਾਹਿਬ ਵੱਲੋਂ ਸਾਨੂੰ ਰਹਿਣ ਵਾਸਤੇ ਰਿਹਾਇਸ਼ ਤਾਂ ਦਿੱਤੀ ਹੋਈ ਹੈ, ਲੇਕਿਨ ਸਾਡੀ ਜਿਹੜੀ ਵਰਦੀਆਂ 3-3 4-4 ਦਿਨ ਹੋ ਗਏ ਸਾਨੂੰ ਵਰਦੀਆਂ ਪਈਆਂ ਨੇ। ਸਾਨੂੰ, ਅਸੀਂ ਅਗਰ ਅਸੀਂ ਵਰਦੀ ਧੋਂਦੇ ਹਾਂ ਤਾਂ ਸਾਨੂੰ ਪ੍ਰੈੱਸ ਪ੍ਰੂਸ ਕਰਾਉਣ ਦੀ ਬਹੁਤ ਔਖੀ ਹੈ ਕਿਉਂਕਿ ਕਰਫਿਊ ਲੱਗਣ ਕਰਕੇ ਕੋਈ ਵੀ ਦੁਕਾਨਾਂ ਨਹੀਂ ਖੁੱਲੀਆਂ। ਸਾਨੂੰ ਇਹੀ ਪ੍ਰੋਬਲਮ ਆ ਰਹੀ ਹੈ ਥੋੜ੍ਹੀ ਜਿਹੀ ਆਪਣੀ ਵਰਦੀ ਵੁਰਦੀ ਦੀ ਅਤੇ ਸਾਨੂੰ ਆਪਣੀ ਜਿਹੜੀ ਥੋੜ੍ਹੀ ਸਿਹਤ ਧਿਆਨ ਰੱਖਣ ਦੀ, ਜਿਹਨਾਂ ਸਾਡੇ ਮੁਲਾਜ਼ਮਾਂ ਦੀ ਕਈਆਂ ਦਵਾਈਆਂ ਚੱਲ ਰਹੀਆਂ ਨੇ ਜੀ, ਸਾਨੂੰ ਦਵਾਈ ਦਵੂਈ ਲੈਣ 'ਚ ਥੋੜ੍ਹੀ ਬਹੁਤੀ ਦਿੱਕਤ ਆ ਰਹੀ ਹੈ ਬਸ, ਹੋਰ ਬਾਕੀ ਸਾਰਾ ਠੀਕ ਚੱਲੀ ਜਾ ਰਿਹਾ ਜੀ। ਨਹਾਉਣ ਵਗੈਰਾ ਬਸ ਆਪਣਾ ਇੰਤਜ਼ਾਮ ਕਰ ਲੈਂਦੇ ਹਾਂ ਜੀ, ਜਿੱਥੇ ਸਾਨੂੰ ਰਹਿਸ਼ ਮਿਲੀ ਕਿਤੇ ਉੱਥੇ ਹੈਗੇ ਹਾਂ ਠੀਕ, ਮਾੜਾ ਮੋਟਾ ਕਿਤੇ ਕਈ ਜਗ੍ਹਾ ਇਹੋ ਜਿਹੀ ਹੈਗੀਆਂ ਕਿਤੇ ਕਿਤੇ ਵੀ ਜਿੱਥੇ ਥੋੜ੍ਹੀ ਜ਼ਿਆਦਾ ਪ੍ਰੋਬਲਮ ਹੈ, ਲੇਕਿਨ ਉਹ ਕਠਿਨਾਈਆਂ ਕੋਈ ਗੱਲ ਨਹੀਂ, ਕਰਫਿਊ ਲੱਗਿਆ ਹੋਇਆ ਇਸ ਦੇ ਵਿੱਚ ਸਾਨੂੰ ਝੱਲਣੀਆਂ ਪੈਣੀਆਂ ਨੇ ਕਿਉਂਕਿ ਦੁਨੀਆ ਸਾਰੀ ਮਹਾਂਮਾਰੀ ਦੇ ਵਿੱਚ ਆਈ ਹੋਈ ਹੈ ਬਿਮਾਰੀ ਦੇ ਵਿੱਚ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਦੁਨੀਆ ਦੀ ਵੱਧ ਤੋਂ ਵੱਧ ਅਸੀਂ ਸੇਵਾ ਕਰ ਸਕੀਏ ਅਤੇ ਅਸੀਂ ਆਪਣੀ ਪੂਰੀ ਜ਼ਿੰਦਗੀ ਨਾਲ ਉਹਦੀ ਸੇਵਾ ਕਰ। ਸਾਨੂੰ ਇੱਥੇ ਅੱਜ 4th ਦਿਨ ਹੈ ਜੀ, ਪਰ ਵਰਦੀ ਸਾਨੂੰ ਅੱਜ 4 ਦਿਨ ਹੋ ਗਏ, ਅਸੀਂ ਉਹੀ ਵਰਦੀ ਪਾ ਰਹੇ ਨੇ ਜੀ ਕਿਉਂਕਿ ਜੇ ਅਸੀਂ ਵਰਦੀ ਆਪਣੀ ਧੋਵਾਂਗੇ ਤਾਂ ਸਾਨੂੰ ਐਟ ਏ ਟਾਈਮ ਨਾ ਤਾਂ ਪ੍ਰੈੱਸ ਹੋਣੀ ਹੈ ਸਾਡੇ ਕੋਲ ਜੀ, ਨਾ ਕੋਈ ਦੁਕਾਨ ਖੁੱਲ੍ਹੀ ਮਿਲਣੀ ਹੈ ਜੀ, ਵਰਦੀ 'ਚ ਵਲ ਬਲੇ ਪਾਈ ਜਾਣਗੇ ਜੀ। ਨਹੀਂ ਸਰ, ਅਸੀਂ ਘਰ ਨਹੀਂ ਗਏ ਜੀ, ਐਡੀ ਤੋਂ ਅਸੀਂ ਜਾ ਨਹੀਂ ਸਕਦੇ ਹਾਂ ਕਿਉਂਕਿ ਸਾਡੇ ਆਪਣੇ ਆਪਣੇ ਵਹੀਕਲ ਨੇ ਜੀ, ਇੱਕ ਵਹੀਕਲ ਦੇ ਉੱਪਰ 4-4 ਜਣੇ ਅਸੀਂ ਬੈਠ ਕੇ ਆਏ ਹੋਏ ਹਾਂ ਜੀ, ਕਿਸੇ ਦੀ ਕਿਤੇ ਡਿਊਟੀ ਲੱਗੀ ਹੋਈ ਹੈ, ਕਿਸੇ ਦੀ ਕਿਤੇ ਲੱਗੀ ਹੋਈ ਹੈ ਜੀ। ਜੀ ਸਾਹਿਬ, ਜਵਾਬ ਦੇਖੋ ਤਾਂ ਸਾਡਾ ਜੀ ਕਰਦਾ ਜੀ, ਅਸੀਂ ਵੀ ਆਪਣੇ ਬੱਚੇ ਘਰ ਛੱਡੇ ਹੋਏ ਹਾਂ ਜੀ। ਨਹੀਂ ਸਰ, ਅਸੀਂ ਮੰਗ ਕੋਈ ਨਹੀਂ, ਅਸੀਂ ਜਿੱਦਾਂ ਸਾਨੂੰ ਸਾਡੇ ਅਫਸਰ ਡਿਊਟੀਆਂ ਵਾਸਤੇ ਕਹਿਣਗੇ ਅਸੀਂ ਉੱਦਾਂ ਹੀ ਡਿਊਟੀ ਨਿਭਾ ਰਹੇ ਨੇ, ਲੇਕਿਨ ਸਾਨੂੰ ਥੋੜ੍ਹਾ ਜਿਹਾ ਇਹ ਹੈ ਕਿ ਅਗਰ ਸਾਡੀ ਡਿਊਟੀ 50-60 ਕਿਲੋਮੀਟਰ ਏਰੀਏ ਦੇ ਵਿੱਚ ਲੱਗੀ ਹੁੰਦੀ ਤਾਂ ਕਿ ਡਿਊਟੀ ਤੋਂ ਬਾਅਦ ਅਸੀਂ ਘਰ ਜਾ ਕੇ ਫਰੈਸ਼ ਹੋ ਕੇ 2 ਘੰਟੇ ਚੰਗੀ ਤਰ੍ਹਾਂ ਰੈਸਟ ਕਰ ਸਕਦੇ ਅਤੇ ਦੁਬਾਰਾ ਫਿਰ ਵਰਦੀਆਂ ਵੁਰਦੀਆਂ ਅਸੀਂ ਧੋ ਧੁ ਕੇ ਆਪਣੇ ਘਰੋਂ ਲੈ ਜਾਂਦੇ, ਪ੍ਰੈੱਸ ਪ੍ਰੁੱਸ ਕਰਕੇ ਵਰਦੀਆਂ ਚੰਗੀਆਂ ਪਾਈਆਂ ਹੁੰਦੀਆਂ। ਅਗਰ ਸਾਡੀ ਵਰਦੀ ਚੰਗੀ ਵਧੀਆ ਹੋਵੇਗੀ ਤਾਂ ਪਬਲਿਕ 'ਤੇ ਸਾਡਾ ਚੰਗਾ ਪ੍ਰਭਾਵ ਪਏਗਾ ਜੀ। ਸਰ, ਸਾਡੀ ਡਿਊਟੀ ਹੈ ਸਵੇਰੇ 8 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ ਡਿਊਟੀ ਹੈ ਸਾਡੀ ਜੀ, ਅਤੇ ਅਸੀਂ 1.5 ਘੰਟਾ ਪਹਿਲਾਂ ਆ ਜਾਂਦੇ ਹਾਂ ਜੀ ਤਿਆਰ ਤੂਰ ਹੋ ਕੇ ਜੀ, ਅਤੇ ਰਾਤ ਨੂੰ ਜਾ ਕੇ ਫਿਰ ਅਸੀਂ ਆਪਣੇ ਨਹਾਉਣਾ ਧੋਣਾ ਹੁੰਦਾ ਜੀ ਅਤੇ ਨਹਾ ਧੋ ਕੇ ਉਸ ਤੋਂ ਬਾਅਦ ਫਿਰ 10-11:30 ਵਜੇ ਸੋ ਜਾਂਦੇ, ਸਵੇਰੇ 5 ਵਜੇ ਅਸੀਂ ਫਿਰ ਉੱਠ ਜਾਂਦੇ ਹਾਂ ਜੀ, ਨਹਾ ਧੋ ਕੇ ਤਿਆਰ ਹੋ ਕੇ 7:30-8 ਵਜੇ ਅਸੀਂ ਫਿਰ ਡਿਊਟੀ 'ਤੇ ਫਿਰ ਪਹੁੰਚ ਜਾਂਦੇ ਹਾਂ।
ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।